ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪਾਲਟੀ ਦੇ ਕੁਝ ਮਹੱਤਵਪੂਰਨ ਐਮਸੀਕਿਊ ਡਿਸਕਸ ਕਰਾਂਗੇ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹਾਰਫੁਲ ਸਾਬਿਤ ਹੋਣ ਵਾਲੀ ਹੈ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਣਾ ਐਂਡ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਆਪਾਂ ਪੇਪਰ A ਨੂੰ ਟਾਰਗੇਟ ਰੱਖਦੇ ਹੋਏ ਪੇਪਰ A ਪੰਜਾਬੀ ਨੂੰ ਟੋਟਲ 8 ਜਿਹੜੇ ਮੌਕ ਟੈਸਟ ਹਨ ਉਹਨਾਂ ਨੂੰ ਰੈਡੀ ਕੀਤਾ ਹੈ ਠੀਕ ਹੈ 6 ਮੌਕ ਟੈਸਟ ਤੁਹਾਨੂੰ ਪੇਪਰ A ਨੂੰ ਟਾਰਗੇਟ ਰੱਖਦੇ ਹੋਏ ਪ੍ਰੋਵਾਈਡ ਕੀਤੇ ਜਾਣਗੇ ਐਂਡ ਜਿਹੜੇ 2 ਮੌਕ ਟੈਸਟ ਹੋਣਗੇ ਉਹਨਾਂ ਵਿੱਚ ਤੁਹਾਨੂੰ ਪੰਜਾਬ ਦਾ ਲੋਕ ਸੈਤ ਅਤੇ ਪੰਜਾਬ ਦਾ ਸੱਭਿਆਚਾਰ ਉਹ ਵੀ ਪ੍ਰੋਵਾਈਡ ਕੀਤਾ ਜਾਵੇਗਾ ਯਾਨੀ ਟੋਟਲ 8 ਮੌਕ ਟੈਸਟ ਹੋਣਗੇ ਤਾਂ ਇਹਨਾਂ ਦੇ ਵਿੱਚ ਹਰੇਕ ਟੈਸਟ ਵਿੱਚ ਟੋਟਲ 100 MCQ ਹੋਣਗੇ ਠੀਕ ਹੈ ਲਗਭਗ ਤੁਹਾਨੂੰ 800 ਪਲੱਸ ਕੁਸ਼ਚਨ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜੇਕਰ ਤੁਸੀਂ ਇਹਨਾਂ ਨੂੰ ਕਵਰ ਕਰ ਲੈਂਦੇ ਹੋ ਤਾਂ ਪੇਪਰ A ਜਿਹੜਾ ਹੈ ਉਹ ਤੁਹਾਡਾ ਕੁਆਲੀਫਾਈ ਹੋ ਜਾਵੇਗਾ ਠੀਕ ਹੈ ਪੇਪਰ ਵਿੱਚ ਜਾਣ ਤੋਂ ਪਹਿਲਾਂ ਮੋਕ ਟੈਸਟ ਲਗਾਉਣੇ ਬਹੁਤ ਹੀ ਜ਼ਰੂਰੀ ਹੁੰਦੇ ਹਨ ਮੋਕ ਟੈਸਟ ਲਗਾਉਣ ਨਾਲ ਤੁਸੀਂ ਆਪਣੀ ਤਿਆਰੀ ਵੀ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਥਿਊਰੀ ਹੋਂ ਤੱਕ ਰੀਡ ਕਰ ਲਈ ਹੈ ਤਾਂ ਇਹ ਜਿਹੜੇ ਟੈਸਟ ਹਨ ਲਗਾਉਣੇ ਬਹੁਤ ਹੀ ਜ਼ਰੂਰੀ ਹੋਣਗੇ ਤੁਹਾਡੇ ਲਈ ਇਸ ਕਰਕੇ ਇਹਨਾਂ ਮੋਕ ਟੈਸਟ ਨੂੰ ਤੁਸੀਂ ਜਲਦੀ ਤੋਂ ਜਲਦੀ ਬਾਏ ਕਰਨਾ ਹੈ ਤਾਂ ਇਹਨਾਂ ਦੀ ਜਿਹੜੀ ਫੀਸ ਰੱਖੀ ਗਈ ਬਹੁਤ ਹੀ ਘੱਟ ਫੀਸ ਰੱਖੀ ਗਈ ਹੈ ਓਨਲੀ 300 ਰੁਪਏ 300 ਰੁਪਏ ਫੀਸ ਰੱਖੀ ਗਈ ਹੈ ਫੀਸ ਅੱਗੇ ਵਧ ਵੀ ਸਕਦੀ ਹੈ ਇਸ ਕਰਕੇ ਜਿੰਨਾ ਜਲਦੀ ਹੋ ਸਕੇ ਇਹਨਾਂ ਮੋਕ ਟੈਸਟ ਨੂੰ ਤੁਸੀਂ ਬਾਏ ਕਰਨਾ ਹੈ ਤਾਂ ਅੱਗੇ ਫੀਸ ਏਡ ਜਾਂ ਵਧ ਵੀ ਸਕਦੀ ਹੈ ਹਾਂਜੀ ਜੇਕਰ ਤੁਸੀਂ ਮੋਕ ਟੈਸਟ ਲਾਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰਨਾ ਹੈ 95173 4454 ਜਾਂ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ ਠੀਕ ਹੈ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਸਾਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮੋਕ ਟੈਸਟ ਦੇ ਨਾਲ ਰਿਲੇਟਡ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਤਾਂ ਇੱਕ ਆਪਣਾ ਗਰੁੱਪ ਵੀ ਬਣਾਇਆ WhatsApp ਗਰੁੱਪ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕੀਤੀ ਵੀ ਹੈ ਉੱਥੇ ਤੁਹਾਨੂੰ ਕੁਝ ਫ੍ਰੀ ਆਫ ਕਾਸਟ PDF ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਇਸ ਦੀ PDF ਤੁਹਾਨੂੰ ਉੱਥੇ ਮਿਲੇਗੀ ਸੋ ਗਰੁੱਪ ਨੂੰ ਵੀ ਤੁਸੀਂ ਜ਼ਰੂਰ ਜੁਆਇਨ ਕਰਨਾ ਹੈ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਕੁਸ਼ਣ ਦਿੱਤਾ ਗਿਆ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸਨ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਮੌਲਾਨਾ ਅਬੁਲ ਕਲਾਮ ਅਜ਼ਾਦ ਠੀਕ ਹੈ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਪੁੱਛ ਲਿਆ ਜਾਣ ਐਜੂਕੇਸ਼ਨ ਮਿਨਿਸਟਰ ਤਾਂ ਕੌਣ ਬਣੇ ਸਨ مولانا ਅਬਦੁਲ ਕਲਾਮ ਅਜਾਦ ਸੀ ਕਰੈਕਟ ਆਨਸਰ ਬਣੇਗਾ ਪਹਿਲੇ ਵਿੱਤ ਮੰਤਰੀ ਪੁੱਛ ਲਿਆ ਜਾਣ ਤਾਂ ਫਿਰ ਪੇਪਰ ਵਿੱਚ ਆਨਸਰ ਟਿਕਰ ਕੇ ਆਉਣਾ ਹੈ ਸ਼ਨਮੁਖ ਸ਼ਾਟੀ ਪਹਿਲੇ ਰੱਖਿਆ ਮੰਤਰੀ ਪੁੱਛ ਲਿਆ ਜਾਣ ਤਾਂ ਫਿਰ ਪੇਪਰ ਵਿੱਚ ਆਨਸਰ ਟਿਕਰ ਕੇ ਆਉਣਾ ਹੈ ਸਰਦਾਰ ਬਲਦੇਵ ਸਿੰਘ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਗਈ ਹੈ ਸੰਸ਼ੋਧਨ ਦਾ मीनिंग ਹੁੰਦਾ ਹੈ ਅਮੈਂਡਮੈਂਟ ਕਰਨਾ ਠੀਕ ਹੈ ਜਾਨੀ ਕਿ ਕੋਈ ਵੀ ਚੀਜ਼ ਸੰਵਿਧਾਨ ਦੇ ਵਿੱਚ ਆਪਾਂ ਐਡ ਕਰਨੀ ਹੈ ਜਾਂ ਰਿਮੂਵ ਕਰਨੀ ਹੈ ਠੀਕ ਹੈ ਜਾਂ ਕੋਈ ਵੀ ਸੰਵਿਧਾਨ ਦੇ ਵਿੱਚੋਂ ਆਪਾਂ ਪਾਰਟ ਹਟਾਉਣਾ ਹੈ ਜਾਂ ਉਹਦੇ ਵਿੱਚ ਕੋਈ ਵੀ ਜਿਹੜਾ ਪਾਰਟ ਆਪਾਂ ਐਡ ਕਰਨਾ ਹੈ ਤਾਂ ਉਸਨੂੰ ਆਪਾਂ ਕਵਾਂਗੇ ਸੰਸ਼ੋਧਨ ਤਾਂ ਇਹ ਜਿਹੜੀ ਆਪਾਂ ਪ੍ਰਕਿਰਿਆ ਹੈ ਕਿਹੜੇ ਦੇਸ਼ ਤੋਂ ਲਈ ਹੈ ਇਹ ਆਪਾਂ ਲਈ ਹੈ ਸਾਊਥ ਅਫਰੀਕਾ ਤੋਂ ਯਾਨੀ ਕਿ ਦੱਖਣੀ ਅਫਰੀਕਾ ਤੋਂ ਇਹ ਆਪਾਂ ਪ੍ਰਕਿਰਿਆ ਲਈ ਹੈ ਤਾਂ ਸੀ ਇੱਥੇ ਬਿਲਕੁਲ ਸਹੀ ਆਨਸਰ ਬਣ ਚੋਵੇਗਾ ਆਪਸ਼ਨ ਪਰ ਸੀ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜਰਮਨੀ ਤੋਂ ਆਪਾਂ ਐਮਰਜੈਂਸੀ ਦੀ ਪਾਵਰ ਲਈ ਹੈ ਠੀਕ ਹੈ ਸੰਵਿਧਾਨ ਦੇ ਵਿੱਚ ਸਭ ਤੋਂ ਵੱਧ ਜਿਹੜੇ ਸਰੋਤ ਹਨ ਉਹ ਆਪਾਂ ਲੈ ਹਨ 1935 ਦੇ ਐਕਟ ਤੋਂ ਠੀਕ ਹੈ ਭਾਰਤ ਸਰਕਾਰ ਅਧਨਿਆਇ 1935 ਦੀ ਜੜ ਸੀਗਾ ਇਸ ਤੋਂ ਆਪਾਂ ਸਭ ਤੋਂ ਵੱਧ ਸਰੋਤ ਲੈ ਹਨ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਜਰੂਰ ਰੱਖਣਾ ਹੈ ਤਾਂ ਇੱਥੇ ਸੀ ਕਰੈਕਟ ਆਨਸਰ ਬਣੇਗਾ ਸਾਊਥ ਅਫਰੀਕਾ ਤਾਂ ਹੁਣ ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਹਾਂਜੀ ਹੀੜ ਲਿਖਿਆ ਦੇ ਵਿੱਚੋਂ ਕਿਹੜੀ ਪ੍ਰਕਿਰਿਆ ਰੂਸ ਦੇਸ਼ ਤੋਂ ਨਹੀਂ ਲਈ ਗਈ ਮੂਲ ਕਰਤਵ ਯਾਨੀ ਕਿ ਮੌਢੀ ਕਰਤਵ 5.5 ਯੋਜਨਾ ਉਪਰੋਕਤ ਦੋਨੋਂ ਜਾਗਨਤੰਤਰ ਸ਼ਾਸਨ ਵਿਵਸਥਾ ਤਾਂ ਇੱਥੇ ਡੀ ਕਰੈਕਟ ਆਨਸਰ ਬਣੇਗਾ ਠੀਕ ਹੈ ਗਨਤੰਤਰ ਸ਼ਾਸਨ ਦੀ ਜਿਹੜੀ ਵਿਵਸਥਾ ਇਹ ਆਪਾਂ ਫਰਾਂਸ ਦੇਸ਼ ਤੋਂ ਲਈ ਆ ਬਾਕੀ ਮੌਢਿਕ ਕਰਤਵ ਹੋ ਗਿਆ ਠੀਕ ਹੈ ਯਾਨੀ ਕਿ ਮੂਲ ਕਰਤਵ ਹੋ ਗਿਆ ਜਿਨ੍ਹਾਂ ਦੀ ਗਿਣਤੀ ਹੈਗੀ ਹੈ 11 ਇਸ ਤਰ੍ਹਾਂ ਆਪਾਂ 5.5 ਯੋਜਨਾ ਹੋਗੀ 5 ਇਅਰ ਪਲਾਨ ਜਿਹੜੇ ਸੀਗੇ ਪਹਿਲਾਂ ਚੱਲਦੇ ਸੀ 5 ਇਅਰ ਪਲਾਨ ਦੀ ਜਿਹੜੀ ਟੋਟਲ ਗਿਣਤੀ ਸੀਗੀ ਹੁਣ ਤੱਕ ਦੀ ਉਹ ਸੀਗੀ 12 ਹੁਣ ਤੁਹਾਨੂੰ ਪਤਾ ਹੈ ਇਹਦੀ ਜਗ੍ਹਾ ਤੇ ਨੀਤੀਯੋਗ ਦਾ ਗਠਨ ਕੀਤਾ ਗਿਆ ਠੀਕ ਹੈ ਜਿਹੜੇ ਨੀਤੀਯੋਗ ਹੈ ਤਾਂ ਉਹਦੇ ਚੇਅਰਮੈਨ ਹੁੰਦੇ ਹਨ ਭਾਰਤ ਦੇ ਪ੍ਰਧਾਨ ਮੰਤਰੀ ਡਾਇਰੈਕਟ ਕੋਸ਼ਨ ਇਗਜ਼ਾਮ ਦੇ ਵਿੱਚ ਬਣਦਾ ਹੈ ਕਿ ਨੀਤੀਯੋਗ ਦੇ ਚੇਅਰਮੈਨ ਕੌਣ ਹੁੰਦੇ ਹਨ ਤਾਂ ਪੇਪਰ ਵਿੱਚ ਤੁਸੀਂ ਆਂਸਰ ਟਿਕਰ ਕਰਨਾ ਹੈ ਪ੍ਰਧਾਨ ਮੰਤਰੀ ਤਾਂ 5 ਸਾੜੀ ਯੋਜਨਾ ਦੇ ਜਿਹੜਾ ਇਸ ਨੂੰ ਹਟਾ ਕੇ ਠੀਕ ਹੈ ਇਹ ਦੀ ਜਗਾ ਤੇ ਨੀਤੀਯੋਗ ਦਾ ਗਠਨ ਕੀਤਾ ਗਿਆ 1 ਜਨਵਰੀ 2015 ਨੂੰ ਤਾਂ ਗਨਤੰਤਰ ਸ਼ਾਸਨ ਵਿਵਸਥਾ ਦੀ ਜਿਹੜੀ ਆ ਗਨਤੰਤਰ ਸ਼ਾਸਨ ਜਿਹੜੀ ਵਿਵਸਥਾ ਇਹ ਆਪਾਂ ਫਰਾਂਸ ਦੇਸ਼ ਤੋਂ ਲਈ ਹੈ ਤਾਂ ਇੱਥੇ ਡੀ கரੈਕਟ ਆਨਸਰ ਬਣੇਗਾ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਹਾਂਜੀ ਜੇਕਰ ਵੀਡੀਓ ਹੈਲਪਫੁੱਲ ਲੱਗ ਰਹੀ ਤਾਂ ਪਲੀਜ਼ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਐਡ ਲਾਈਕ ਵੀ ਕਰ ਦਿਓ ਬਾਕੀ ਮੋਕ ਟੈਸਟ ਤੁਸੀਂ ਜ਼ਰੂਰ ਬਾਏ ਕਰਨੇ ਹਨ ਆਪਾਤਕਾਲ ਸੰਬੰਧੀ ਆਪਾਂ ਜਿਹੜੀ ਜਾਣਕਾਰੀ ਹੈ ਇਹ ਕਿੱਥੋਂ ਲਈ ਹੈ ਇਹ ਲਈ ਆਪਾਂ ਜਰਮਨੀ ਦੇਸ਼ ਤੋਂ ਨੈਕਸਟ ਕੁਸ਼ਚਨ ਵੱਲ ਆਪਾਂ ਮੂਵ ਕਰਦੇ ਹਾਂ ਮੂਲ ਕਰਤਵਾਂ ਨੂੰ ਕਿਹੜੇ ਸੰਸ਼ੋਧਨ ਦੇ ਤਹਿਤ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀਗਾ ਕੁਸ਼ਨ ਬਣਦਾ ਹੈ ਪੇਪਰ ਦੇ ਵਿੱਚ ਕਿ ਜਿਹੜੇ ਮੂਲ ਕਰਤਵ ਸਨ ਠੀਕ ਹੈ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਤਾਂ ਉਦੋਂ ਇਹਨਾਂ ਦੀ ਗਿਣਤੀ ਕਿੰਨੀ ਸੀ ਉਦੋਂ ਕੋਈ ਵੀ ਗਿਣਤੀ ਨਹੀਂ ਸੀ ਕਿਉਂਕਿ ਜਦੋਂ ਆਪਣੇ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਸ ਸਮੇਂ ਮੌਲਿਕ ਕਰਤੱਵ ਨਹੀਂ ਸਨ ਇਹਨਾਂ ਨੂੰ ਬਾਅਦ ਇਹਦੇ ਵਿੱਚ ਐਡ ਕੀਤਾ ਗਿਆ ਸੀ ਬਾਅਦ ਵਿੱਚ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ ਸੀ ਤਾਂ ਇੱਥੇ ਕਰੈਕਟ ਆਨਸਰ ਬਣੇਗਾ 42ਵਾਂ 42ਵਾਂ ਸੰਵਿਧਾਨ ਸੰਸ਼ੋਧਨ ਦੇ ਤਹਿਤ ਜਿਹੜੇ ਮੌਲਿਕ ਕਰਤੱਵਾਂ ਨੂੰ ਆਪਣੇ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀਗਾ ਐਡ ਕਿਹੜੀ ਕਮੇਟੀ ਦੀ ਸਿਫਾਰਿਸ਼ ਤੇ ਜੋੜਿਆ ਗਿਆ ਸੀ ਸਰਦਾਰ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਸੰਵਿਧਾਨ ਦੇ ਵਿੱਚ ਮੂਲ ਕਰਤੱਵਾਂ ਨੂੰ ਜੋੜਿਆ ਗਿਆ ਸੀਗਾ ਕਿਹੜੀ ਮੈਂਡਮੈਂਟ ਸੇਗੀ ਤਾਂ ਵੀ ਅਮੈਂਡਮੈਂਟ ਸਿਗੀ ਸੋ ਇਸ ਗੱਲ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਐ ਐਂਡ ਜਿਹੜੀ 61ਵੀਂ ਅਮੈਂਡਮੈਂਟ ਹੈਗੀ ਆ ਇਹ ਤੁਹਾਨੂੰ ਪਤਾ ਹੋਵੇਗਾ ਵੋਟ ਪਾਉਣ ਦੇ ਅਧਿਕਾਰ ਨਾਲ ਸੰਬੰਧ ਸਿਗੀ 21 ਤੋਂ ਉਮਰ ਕਟਾ ਕੇ 18 ਸਾਲ ਕੀਤੀ ਗਈ ਸੀ ਨੈਕਸਟ ਕੁਐਸਚਨ ਵਾਲਾ ਆਪਾਂ ਮੂ ਕਰਦੇ ਹਾਂ ਹਾਂ ਜੀ ਵਰਤਮਾਨ ਸਮੇਂ ਮੂਲ ਕਰਤਾਵਾਂ ਦੀ ਗਿਣਤੀ ਕਿੰਨੀਆਂ ਹੈ 11 ਹੈਗੀ ਹੈ ਪਰ ਜਦੋਂ ਇਹਨਾਂ ਨੂੰ ਜੋੜਿਆ ਗਿਆ ਸੀਗਾ ਉਸ ਸਮੇਂ ਇਹਨਾਂ ਦੀ ਗਿਣਤੀ ਸੀਗੀ 10 ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਣਨ ਮਿਲਦਾ ਹੈ ਪਹਿਲੀ ਦੂਜੀ ਤੀਜੀ ਜਾਂ ਚੌਥੀ ਤਾਂ ਸੰਵਿਧਾਨ ਦੀ ਜਿਹੜੀ ਪਹਿਲੀ ਅਨੁਸੂਚੀ ਆ ਤਾਂ ਇਹਦੇ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਣਨ ਮਿਲਦਾ ਹੈ ਤਾਂ ਇਹ ਇੱਥੇ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ A ਨੈਕਸਟ ਸੰਵਿਧਾਨ ਦਾ ਕਿਹੜਾ ਭਾਗ ਪੰਚਾਇਤਾਂ ਦੇ ਨਾਲ ਸੰਬੰਧਿਤ ਹੈ 11ਵਾਂ 8ਵਾਂ 9ਵਾਂ ਜਾਂ 12ਵਾਂ ਸੋ ਸੰਵਿਧਾਨ ਦਾ ਜਿਹੜਾ ਭਾਗ ਹੈਗਾ ਆਪਣਾ ਨੋਵਾਂ ਤਾਂ 21 ਦੇ ਨਾਲ ਸੰਬੰਧਿਤ ਹੈ ਇਹ ਹੈਗਾ ਪੰਚਾਇਤਾਂ ਦੇ ਨਾਲ ਸੰਬੰਧਿਤ ਜੇਕਰ ਅਨੁਸੂਚੀ ਪੁੱਛ ਲਈ ਜਾਵੇ ਕਿ ਸੰਵਿਧਾਨ ਦੀ ਕਿਹੜੀ ਅਨੁਸੂਚੀ ਪੰਚਾਇਤੀ ਸਿਸਟਮ ਦੇ ਨਾਲ ਸੰਬੰਧਿਤ ਹੈ ਤਾਂ 11ਵੀਂ ਜਿਹੜੀ ਅਨੁਸੂਚੀ ਹੈ ਇਹ ਪੰਚਾਇਤੀ ਰਾਜਵਿਵਸਥਾ ਦੇ ਨਾਲ ਸੰਬੰਧਿਤ ਹੈ ਸੰਵਿਧਾਨ ਦੀ ਤਾਂ ਇੱਥੇ ਸੀ கரਕਟ ਆਨਸਰ ਬਣੇਗਾ ਭਾਗ 9A ਜਿਹੜਾ ਹੈਗਾ ਇਹ ਪੇਪਰ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਹੈ ਭਾਗ 9A ਜਿਹੜਾ ਹੈਗਾ ਇਹ ਨਗਰਪਾਲਿਕਾਵਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਇਸ ਗੱਲ ਨੂੰ ਵੀ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਜਿੰਨੇ ਵੀ ਇੱਥੇ ਐਕਸਟਰਾ ਪੁਆਇੰਟ ਦਿੱਤੇ ਹੁੰਦੇ ਹਨ ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰਨਾ ਹੈ ਜੇਕਰ ਤੁਹਾਨੂੰ ਪਤਾ ਹੁੰਦਾ ਤਾਂ ਫਿਰ ਫਿਰ ਨੋਟ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜੀ ਚੀਜ਼ਾਂ ਨਹੀਂ ਪਤਾ ਹੁੰਦਾ ਤਾਂ ਪਲੀਜ਼ ਨੋਟ ਤੁਸੀਂ ਜ਼ਰੂਰ ਕਰ ਲਿਆ ਕਰਨਾ ਨੈਕਸਟ ਆਪਾਂ ਕੁਐਸਚਨ ਵੱਲ ਮੂਵ ਕਰਦੇ ਹਾਂ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਅਪਾਤਕਾਲ ਨਾਲ ਸੰਬੰਧਦਾ ਹੈ ਯਾਨੀ ਕਿ ਐਮਰਜੈਂਸੀ ਨਾਲ ਸੰਬੰਧਿਤ ਹੈ 16ਵਾਂ 17ਵਾਂ 18ਵਾਂ ਜਾਂ 15ਵਾਂ ਤਾਂ ਇੱਥੇ கரெક્ટ ਆਨਸਰ ਬਣੇਗਾ 18ਵਾਂ ਭਾਰਤੀ ਸੰਵਿਧਾਨ ਦਾ ਜਿਹੜਾ ਭਾਗ 18ਵਾਂ ਹੈ ਤਾਂ ਇਹ ਐਮਰਜੈਂਸੀ ਨਾਲ ਸੰਬੰਧਿਤ ਹੈ ਸੀ கரெક્ટ ਆਨਸਰ ਬਣੇਗਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਜਿਹੜੀ ਐਮਰਜੈਂਸੀ ਆ ਠੀਕ ਹੈ ਇਹ ਤਿੰਨ ਪ੍ਰਕਾਰ ਦੀ ਹੁੰਦੀ ਹੈ ਕਿੰਨੇ ਪ੍ਰਕਾਰ ਦੀ ਤਿੰਨ ਪ੍ਰਕਾਰ ਦੀ ਹੁੰਦੀ ਹੈ ਐਮਰਜੈਂਸੀ ਇੱਕ ਹੁੰਦੀ ਹੈ ਵਿੱਤੀ ਆਪਾਤਕਾਲ ਠੀਕ ਹੈ ਇੱਕ ਹੁੰਦਾ ਰਾਸ਼ਟਰਪਤੀ ਸ਼ਾਸਨ ਇੱਕ ਹੁੰਦਾ ਰਾਸ਼ਟਰਪਤੀ ਰਾਜ ਠੀਕ ਹੈ ਤਿੰਨ ਪ੍ਰਕਾਰ ਦੀ ਜਿਹੜੀ ਆ ਪਾਤਕਾਲ ਦੀ ਵਿਵਸਥਾ ਕੀਤੀ ਗਈ ਆ ਅਤੇ ਜਿਹੜੀ ਸਾਰੀ ਪਾਵਰ ਹੁੰਦੀ ਹੈ ਕਿਹਦੇ ਕੋਲ ਹੁੰਦੀ ਹੈ ਭਾਰਤ ਦੇ ਰਾਸ਼ਟਰਪਤੀ ਕੋਲ ਹੀ ਹੁੰਦੀ ਹੈ। ਯਾਨੀ ਕਿ ਇਹਦੀ ਕੋਸ਼ਣਾ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਆਪਾਤਕਾਲ ਸੰਬੰਧੀ ਜਾਣਕਾਰੀ ਨਹੀਂ ਮਿਲਦੀ 356 52 360 ਜਾਂ 355 ਤਾਂ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ 355 ਜਿਹੜਾ ਆਰਟੀਕਲ ਹੈ ਇਹ ਪਾਤਕਾਲ ਸੰਬੰਧ ਆਪਾਤਕਾਲ ਨਾਲ ਸੰਬੰਧਤ ਨਹੀਂ ਹੈ ਬਾਕੀ ਤਿੰਨੋਂ ਹੀ ਜਿਹੜੇ ਆਰਟੀਕਲ ਹਨ ਉੱਪਰ ਮੈਂਸ਼ਨ ਕੀਤੇ ਹੋਣ ਹਨ ਤਾਂ ਇਹ ਸਾਰੇ ਹੀ ਐਮਰਜੈਂਸੀ ਦੇ ਨਾਲ ਸੰਬੰਧਤ ਹਨ ਇਸ ਤਰ੍ਹਾਂ ਵਜਿਕਰ ਆਪਾਂ ਗੱਲ ਕਰੀਏ ਆਰਟੀਕਲ ਜਿਹੜਾ 360 ਹੈ ਠੀਕ ਹੈ ਇਹ ਦੇ ਤਾਅ ਤ ਵਿੱਤੀ ਪਾਤਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ ਠੀਕ ਹੈ ਨੈਕਸਟ ਕੁਐਸਚਨ ਵਾਲਾ ਪ੍ਰਮੋਵ ਕਰਦੇ ਹਾਂ ਹੁਣ ਤੱਕ ਭਾਰਤ ਵਿੱਚ ਕਿੰਨੀ ਵਾਰ ਵਿੱਤੀ ਪਾਤਕਾਲ ਦੀ ਘੋਸ਼ਣਾ ਕੀਤੀ ਗਈ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਜਾਂ ਕਦੇ ਵੀ ਨਹੀਂ ਤਾਂ ਤੁਹਾਨੂੰ ਪਤਾ ਹੋਵੇਗਾ ਵਿੱਤੀ ਪਾਤਕਾਲ ਜਦੋਂ ਆਰਥਿਕ ਮੰਦੀ ਆਉਂਦੀ ਹੈ ਤਾਂ ਉਦੋਂ ਹੀ ਵਿੱਤੀ ਪਾਤਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਭਾਰਤ ਵਿੱਚ ਹੁਣ ਤੱਕ ਕਦੇ ਵੀ ਜਿਹੜੀ ਹੈ ਵਿੱਤੀ ਪਾਤਕਾਲ ਦੀ ਘੋਸ਼ਣਾ ਨਹੀਂ ਕੀਤੀ ਗਈ ਡੀ ਇੱਥੇ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਨੈਕਸਟ ਸੰਵਿਧਾਨ ਦੇ ਵਿੱਚ 11ਵਾਂ ਮੂਲ ਕਰਤਵ ਕਿਹੜੀ ਸੋਧ ਰਾਹੀਂ ਜੋੜਿਆ ਗਿਆ ਸੀਗਾ ਆਹ ਕੁਐਸਚਨ ਤਾਂ ਬਹੁਤ ਹੀ ਵਾਰ ਐਗਜ਼ਾਮ 'ਚ ਰਿਪੀਟ ਹੁੰਦਾ ਹੈ ਸੋ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ ਆਹ ਕੁਐਸਚਨ ਤੁਸੀਂ ਕੋਈ ਵੀ ਪੇਪਰ ਠਾਕੇ ਦੇਖ ਸਕਦੇ ਹੋ ਉਹਨਾਂ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਹੈ ਤਾਂ ਆਨਸਰ ਬਣੇਗਾ 66ਵੀਂ 66ਵੀਂ ਜਿਹੜੀ ਸੋਧ ਸੀਗੀ 2002 ਦੇ ਵਿੱਚ ਹੁੰਦੀ ਆ ਤਾਂ ਇਹਦੇ ਤਹਿਤ ਜਿਹੜਾ 11ਵਾਂ ਮੌਲਿਕ ਕਰਤਵ ਆਪਣੇ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀ ਡੀ ਇੱਥੇ ਕਰੈਕਟ ਆਨਸਰ ਬਣੇਗਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਕਿ 11ਵਾਂ ਜਿਹੜਾ ਮੌਲਿਕ ਕਰਤਵ ਸੀਗਾ ਇੱਕੜਾ ਸੀ ਠੀਕ ਹੈ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹੈ ਤਾਂ ਡੀ ਇੱਥੇ கரਕਟ ਆਨਸਰ ਬਣੇਗਾ ਨੈਕਸਟ ਕੁਐਸਚਨ ਵਾਲਾ ਆਪਾਂ ਮੂਵ ਕਰਦੇ ਹਾਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਘੱਟੋ ਘੱਟ ਗੱਲ ਕੀਤੀ ਜਾ ਰਹੀ ਹੈ ਤਾਂ ਇੱਥੇ கரਕਟ ਆਨਸਰ ਬਣੇਗਾ 35 ਸਾਲ 35 ਸਾਲ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਕਿਹੜੇ ਅਨੁਸ਼ੇਦ ਦੇ ਤਾਅਤ ਰਾਸ਼ਟਰਪਤੀ ਉੱਪਰ ਮਾਂ ਦੋਸ਼ ਦੀ ਪ੍ਰਕਿਰਿਆ ਲਗਾਈ ਜਾ ਸਕਦੀ ਹੈ ਯਾਨੀ ਕਿ ਪੀਚਮੈਂਟ ਦੀ ਜਿਹੜੀ ਪ੍ਰਕ ਜਿਹੜੀ ਆਰਟੀਕਲ ਦੇ ਤਹਿਤ ਲਗਾਈ ਜਾ ਸਕਦੀ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 61 ਆਰਟੀਕਲ 61 ਦੇ ਤਹਿਤ ਰਾਸ਼ਟਰਪਤੀ ਉੱਪਰ ਮਾਂ ਦਾ ਮਾਂ ਦੋਸ਼ ਦੀ ਪ੍ਰਕਿਰਿਆ ਲਗਾਈ ਜਾ ਸਕਦੀ ਹੈ ਕਿਸੇ ਵੀ ਸਦਨ ਦੁਆਰਾ ਠੀਕ ਹੈ ਲੋਕ ਸਭਾ ਦੁਆਰਾ ਵੀ ਐਂਡ ਰਾਜ ਸਭਾ ਦੁਆਰਾ ਵੀ ਇਸ ਤਰ੍ਹਾਂ ਆਰਟੀਕਲ 72 ਦੇ ਤਹਿਤ ਰਾਸ਼ਟਰਪਤੀ ਨੂੰ ਮਾਫ ਕਰਨ ਦੀ ਸ਼ਕਤੀ ਦਿੱਤੀ ਗਈ ਹੈ ਠੀਕ ਹੈ ਕਿਸੇ ਵਿਅਕਤੀ ਨੂੰ ਮਾਫ ਕਰ ਸਕਦਾ ਜਾਂ ਕੋਈ ਵਿਅਕਤੀ ਨੂੰ ਉਮਰ ਘਟਾ ਦੇ ਤਾਂ ਉਸ ਦੀ ਸਜ਼ਾ ਨੂੰ ਅਟਾ ਜਿਹੜੀ ਆ ਕਟਾ ਸਕਦਾ ਤਾਂ B ਤੇ C ਇੱਥੇ கரੈਕਟ ਆਨਸਰ ਬਣੇਗਾ 61 ਨੈਕਸਟ ਆਪਣਾ ਕੁਐਸਚਨ ਹੈਗਾ 8 ਲਿਖਿਆਂ ਦੇ ਵਿੱਚੋਂ ਕਿਸ ਦੀ ਨਿਯੁਕਤੀ ਪਾਰ ਦਾ ਰਾਸ਼ਟਰਪਤੀ ਨਹੀਂ ਕਰਦਾ ਠੀਕ ਹੈ ਇਦਾਂ ਦੇ ਕੁਐਸਚਨ ਪੇਪਰ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਹਨ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਲੋਕ ਸਭਾ ਦਾ ਸਪੀਕਰ ਤੁਹਾਨੂੰ ਪਤਾ ਹੋਵੇਗਾ ਲੋਕ ਸਭਾ ਸਪੀਕਰ ਦੀ ਜਿਹੜੀ ਨਿਯੁਕਤੀ ਹੈ ਜਿਹੜੇ ਮੈਂਬਰ ਹੁੰਦੇ ਹਨ ਲੋਕ ਸਭਾ ਦੇ ਠੀਕ ਹੈ ਉਹਨਾਂ ਦੁਆਰਾ ਹੀ ਇੱਕ ਨੂੰ ਚੁਣ ਲਿਆ ਜਾਂਦਾ ਹੈ ਤਾਂ ਡੀ ਇੱਥੇ ਕਰੈਕਟ ਆਨਸਰ ਬਣੇਗਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ ਹੋ ਗਿਆ ਹਾਈ ਕੋਰਟ ਦੇ ਜੱਜ ਹੋ ਗਿਆ ਤੇ ਵਿੱਤ ਯੋਗ ਦੇ ਮੈਂਬਰ ਹੋ ਗਿਆ ਤਾਂ ਇੰਨਾ ਸਾਰੇ ਹੀ ਨਿਯੁਕਤੀ ਪਾਰਤਾ ਰਾਸ਼ਟਰਪਤੀ ਹੀ ਕਰਦਾ ਹੈ ਯੂਪੀਐਸਸੀ ਦਾ ਚੇਅਰਮੈਨ ਹੋ ਗਿਆ ਠੀਕ ਹੈ ਇਸ ਤਰ੍ਹਾਂ ਬਾ ਟਾਰਨੀ ਜਨਰਲ ਹੋ ਗਿਆ ਕੈਗ ਹੋ ਗਿਆ ਪ੍ਰਧਾਨ ਮੰਤਰੀ ਹੋ ਗਿਆ ਤਾਂ ਇਹਨਾਂ ਦੀ ਨਿਯੁਕਤੀ ਵੀ ਪਾਰਤਾ ਦਾ ਰਾਸ਼ਟਰਪਤੀ ਹੀ ਕਰਦਾ ਹੈ ਤਾਂ ਇੱਥੇ ਡੀ ਕਰੈਕਟ ਆਨਸਰ ਬਣੇਗਾ ਤਨ ਬਿਲ ਦਾ ਆਖਰੀ ਫੈਸਲਾ ਵੀ ਲੋਕ ਸਭਾ ਦਾ ਸਪੀਕਰ ਹੀ ਕਰਦਾ ਹੈ ਲੋਕ ਸਭਾ ਦਾ ਸਪੀਕਰ ਜਿਹੜਾ ਆਪਣਾ ਤਿਆਗ ਪੱਤਰ ਹੈ ਉਹ ਕਿਸ ਨੂੰ ਦਿੰਦਾ ਹੈ ਉਹ ਦਿੰਦਾ ਹੈ ਡਿਪਟੀ ਸਪੀਕਰ ਨੂੰ ਨੈਕਸਟ ਆਪਣਾ ਕੁਐਸਚਨ ਹੈਗਾ ਭਾਰਤ ਦੇ ਕਿਹੜੇ ਕਿਹੜੇ ਰਾਸ਼ਟਰਪਤੀ ਨੂੰ ਮਿਸਾਈਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਠੀਕ ਆ ਕੁਐਸਚਨ ਆ ਪੇਪਰ ਵਿੱਚ ਜ਼ਰੂਰ ਆਉਂਦਾ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਨੂੰ ਮਿਸਾਈਲ ਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਕਰੈਕਟ ਆਨਸਰ ਬਣੇਗਾ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪੁੱਛ ਲਈ ਜਾਵੇ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿਕਾ ਕਰਨਾ ਹੈ ਪ੍ਰਤਿਭਾ ਦੇਵੀ ਸਿੰਘ ਪਾਟੇਲ ਇਸ ਤਰ੍ਹਾਂ ਵਾ ਜੇਕਰ ਆਪਾਂ ਗੱਲ ਕਰੀਏ ਪਾਰਤ ਦੀ ਦੂਜੀ ਜਿਹੜੀ ਮਹਿਲਾ ਰਾਸ਼ਟਰਪਤੀ ਕੌਣ ਹੈ ਤਾਂ ਤੁਹਾਨੂੰ ਪਤਾ ਹੋਣੀ ਬਣੀ ਹੈ 15ਵੀਂ ਰਾਸ਼ਟਰਪਤੀ ਜਿਸ ਨਾਮ ਹੈਗਾ ਦਰੋਪਦੀ ਮਰਮੂ ਠੀਕ ਹੈ ਦਰੋਪਦੀ ਮਰਮੂ ਪਹਿਲੀ ਆਦੀਵਾਸੀ ਮਹਿਲਾ ਰਾਸ਼ਟਰਪਤੀ ਹੈ ਦਰੋਪਦੀ ਮਰਮੂ ਨੈਕਸਟ ਆਪਣਾ ਕੁਐਸਚਨ ਹੈਗਾ ਅਨੁਛੇਦ 356 ਦਾ ਪ੍ਰਯੋਗ ਪਹਿਲੀ ਵਾਰ ਕਿਹੜੇ ਰਾਜ ਦੇ ਵਿੱਚ ਕੀਤਾ ਗਿਆ ਸੀਗਾ ਠੀਕ ਹੈ ਤਾਂ ਇੱਥੇ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਆਪਣੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਆਵੇਗੇ ਇਥੇ ਠੀਕ ਹੈ ਰਾਸ਼ਟਰਪਤੀ ਰਾਜ ਦੀ ਜਿਹੜੀ ਕੋਸ਼ਨਾ ਹੈ ਇਹ ਪਹਿਲੀ ਵਾਰ ਆਪਣੇ ਪੰਜਾਬ ਦੇ ਵਿੱਚ ਹੀ ਕੀਤੀ ਗਈ ਸੀ ਟੀ ਬਿਲਕੁਲ ਸਹੀ ਆਨਸਰ ਬਣੇਗਾ ਆਰਟੀਕਲ 356 ਦੇ ਤਹਿਤ ਰਾਸ਼ਟਰਪਤੀ ਰਾਜ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਇਹ ਪਹਿਲੀ ਵਾਰ ਆਪਣੇ ਪੰਜਾਬ ਦੇ ਵਿੱਚ ਹੀ ਘੋਸ਼ਣਾ ਕੀਤੀ ਗਈ ਸੀ ਕਦੋਂ ਕੀਤੀ ਗਈ ਸੀ ਤਾਂ ਫਿਰ ਪੇਪਰ ਵਿੱਚ ਆਨਸਰ ਟਿਕਰ ਕਰਨਾ ਹੈ 1951 ਦੇ ਵਿੱਚ ਹੁਣ ਤੱਕ ਆਪਣੇ ਪੰਜਾਬ ਦੇ ਵਿੱਚ ਟੋਟਲ 8 ਵਾਰ ਰਾਸ਼ਟਰਪਤੀ ਰਾਜ ਲੱਗ ਚੁੱਕਿਆ ਹੈ ਠੀਕ ਹੈ 8 ਵਾਰ ਰਾਸ਼ਟਰਪਤੀ ਰਾਜ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ ਆਪਣੇ ਪੰਜਾਬ ਦੇ ਵਿੱਚ ਐਂਡ ਪਹਿਲੀ ਵਾਰ ਵੀ ਜਿਹੜਾ ਰਾਸ਼ਟਰਪਤੀ ਰਾਜ ਦੀ ਘੋਸ਼ਣਾ ਕੀਤੀ ਗਈ ਸੀ ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਬਤਨੁਪਾਤਾ ਹੋਵੇਗਾ ਜਿਹੜੀ ਪਿਆਪਸੂ ਸਟੇਟ ਸੀਗੀ ਠੀਕ ਹੈ ਪਿਆਪਸੂ ਜਿਹੜੀ ਸਟੇਟ ਸੀਗੀ ਜਿਹਦੀਆਂ ਟੋਟਲ 8 ਰਾਜਸਤਾਨਾਂ ਸਨ ਜਿਹਦੀਆਂ ਵਿਧਾਨ ਸਭਾ ਸੀਟਾਂ ਦੀ ਗਿਣਤੀ ਸੀਗੀ 60 ਐਂਡ ਜੇਕਰ ਆਪਾਂ ਗੱਲ ਕਰੀਏ ਜਿਹਦੀ ਕੈਪੀਟਲ ਸੀਗੀ ਪਟਿਆਲਾ ਪਿਆਪਸੂ ਸਟੇਟ ਤਾਂ ਉਹਦੇ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਿਆ ਸੀ ਇਹ ਕੁਐਸਚਨ ਪੇਪਰ ਦੇ ਵਿੱਚ ਬੰਦਾ ਤਾਂ ਉਹਦੇ ਵਿੱਚ ਲੱਗਿਆ ਸੀ 1953 ਦੇ ਵਿੱਚ ਠੀਕ ਹੈ 1953 ਦੇ ਵਿੱਚ ਲੱਗਦਾ ਰਾਸ਼ਟਰਪਤੀ ਰਾਜ ਆ ਅਰ ਪੈਪਸੂ ਸਟੇਟ ਨੂੰ ਖਤਮ ਕੀਤਾ ਜਾਂਦਾ ਹੈ 1 ਨਵੰਬਰ 1956 ਨੂੰ ਆਪਣੇ ਪੰਜਾਬ ਦੇ ਵਿੱਚ ਮਰਜ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਪੈਪਸੂ ਸਟੇਟ ਵੀ ਖਤਮ ਹੋ ਜਾਂਦੀ ਹੈ ਜਿਦੀਆਂ ਕੋਲ 8 8 ਰਿਆਸਤਾਂ ਸਨ ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਕਿਹੜੇ ਅਨੁਸ਼ੇਧ ਦੇ ਤਾਤ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ 74 75 76 ਜਾਂ 72 ਤਾਂ ਇੱਥੇ ਇੱਕ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ ਯਾਨਕਿ 75 ਠੀਕ ਹੈ ਆਰਟੀਕਲ 75 ਦੇ ਤਾਤ ਜਿਹੜਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਬੀ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਕਿਹੜਾ ਪ੍ਰਧਾਨ ਮੰਤਰੀ ਰਾਜ ਸਭਾ ਦੇ ਮੈਂਬਰ ਸਨ ਯਾਨੀ ਕਿ ਜਦੋਂ ਇਹਨਾਂ ਨੇ ਪੋਸਟ ਜੁਆਇਨ ਕੀਤੀ ਸੀ ਤਾਂ ਉਹ ਸਮੇਂ ਰਾਜ ਸਭਾ ਦੇ ਮੈਂਬਰ ਸਨ ਇੰਦਰਾ ਗਾਂਧੀ ਡਾਕਟਰ ਮਨਮੋਹਨ ਸਿੰਘ ਉਪਰੋਕਤ ਦੋਨੋਂ ਜਾਂ ਪੀ ਵੀ ਰਰਸੀਮਾ ਤਾਂ ਸੀ கரੈਕਟ ਆਨਸਰ ਬਣੇਗਾ ਇੰਦਰਾ ਗਾਂਧੀ ਅਤੇ ਡਾਕਟਰ ਮਨਮੋਹਨ ਸਿੰਘ ਤਾਂ ਇਹਨਾਂ ਨੇ ਜਦੋਂ اپنی پوسٹ جوائن ਕੀਤੀ ਸੀ ਤਾਂ ਉਸ ਸਮੇ ਇਹ ਰਾਜ ਸਭਾ ਦੇ ਮੈਂਬਰ ਸਨ ਸੀ ਇੱਥੇ கரੈਕਟ ਆਨਸਰ ਬਣੇਗਾ ਚੌਧਰੀ ਚਰਨ ਸਿੰਘ ਅਜੇਹ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਲੋਕ ਸਭਾ ਦਾ ਸਾਹਮਣਾ ਨਹੀਂ ਕੀਤਾ ਸੀ ਯਾਨੀ ਕਿ ਇਹਨਾਂ ਇੱਕ ਵਾਰੀ ਵੀ ਲੋਕ ਸਭਾ ਵਿੱਚ ਨਹੀਂ ਗਏ ਸਨ ਠੀਕ ਹੈ ਚੌਧਰੀ ਚਰਨ ਸਿੰਘ ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ ਸਭ ਤੋਂ ਲੰਬਾ ਕਾਰਜਕਾਲ ਕਿਹੜੇ ਪ੍ਰਧਾਨ ਮੰਤਰੀ ਦਾ ਰਿਹਾ ਹੈ ਜਵਾਹਰ ਲਾਲ ਨਹਿਰੂ ਮੁਰਾਰਜੀ ਦੋਸਾਈ ਚੰਦਰ ਸ਼ੇਖਰ ਜਾਂ ਲਾਲ ਬਹਾਦਰ ਸ਼ਾਸਤਰੀ ਤਾਂ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਸਭ ਤੋਂ ਜਿਹੜਾ ਲੰਬਾ ਕਾਰਜਕਾਲ ਹੈ ਇਹ ਕਿਹੜੇ ਪ੍ਰਧਾਨ ਮੰਤਰੀ ਦੇ ਸੀਗਾ ਇਹ ਸੀਗਾ ਜਵਾਹਰ ਲਾਲ ਨਹਿਰੂ ਦਾ ਪੰਡਿਤ ਜਵਾਹਰ ਲਾਲ ਨਹਿਰੂ ਦਾ ਸੀਗਾ ਸਭ ਤੋਂ ਲੰਬਾ ਕਾਰਜਕਾਲ ਸਭ ਤੋਂ ਛੋਟਾ ਕਾਰਜਕਾਲ ਪੁੱਛ ਲਿਆ ਜਾਵੇ ਤਾਂ ਅਟਲ ਬਿਹਾਰੀ ਵਾਜਪਾਈ ਦਿਨ ਵੀ ਕਈ ਵਾਰ ਪੁੱਛ ਲਏ ਜਾਂਦੇ ਸਨ ਕਿ ਇਹਨਾਂ ਕਿੰਨਾ ਕਿੰਨਾ ਟਾਈਮ ਕੰਮ ਕੀਤਾ ਸੀ ਜਾਂ ਕਿੰਨਾ ਇਹਨਾਂ ਦਾ ਕਾਰਜਕਾਲ ਸੀਗਾ ਤਾਂ 13 ਦਿਨ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰਕੇ ਆਉਣਾ ਹੈ ਅਟਲ ਬਿਹਾਰੀ ਵਾਜਪਾਈ ਨੈਕਸਟ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਪੇਪਰ ਵਿੱਚ ਬਹੁਤ ਹੀ ਵਾਰ ਕੁਸ਼ਨ ਰਿਪੀਟ ਹੁੰਦਾ ਹੈ ਕਿ ਪਹਿਲੇ ਗੈਂਗਰਸ ਗੈਰ ਜਿਹੜੇ ਕਾਂਗਰਸੀ ਪ੍ਰਧਾਨ ਮੰਤਰੀ ਸਨ ਕੌਣ ਸਨ ਤਾਂ ਪੇਪਰ ਵਿੱਚ ਆਨਸਰ ਟਿੱਕਾ ਕਰਨਾ ਹੈ ਮੁਰਾਰਜੀ ਦੋਸਾਈ ਨੈਕਸਟ ਆਪਣਾ ਕੁਸ਼ਨ ਹੈਗਾ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਕੌਣ ਸਨ ਡਾਕਟਰ ਰਜਿੰਦਰ ਪ੍ਰਸਾਦ ਡਾਕਟਰ ਵਿਸ਼ਵਨਾਥ ਡਾਕਟਰ ਬੀ ਆਰ ਅੰਬੇਦਕਰ ਜਾਂ ਡਾਕਟਰ ਆਨੰਤ ਕੁਮਾਰ ਮਹਿਤਾ ਤਾਂ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ অপশন সি মানে কি ডক্টর বি আর আম্বেদকর ভারতীয় সংবিধান ਦਾ ਪਿਤਾਮਾ ਵੀ বি আর আম্বেদকর ਨੂੰ ਹੀ ਕਿਹਾ ਜਾਂਦਾ ਹੈ ঠিক ਹੈ ਕਿਸ ਨੂੰ বি আর আম্বেদকর ਨੂੰ ভারতীয় সংবিধান ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਐਡ ਡਰਾਫਟਿੰਗ ਜਿਹੜੀ ਕਮੇਟੀ ਸੀਗੀ ঠিক ਹੈ ਤਾਂ ਉਹਦੇ ਚੇਅਰਮੈਨ ਵੀ ਡਾਕਟਰ ਬੀ আর আম্বেਦਕਰ ਸਨ नेक्स्ट ਕੁਸ਼ਨ ਵੱਲ ਆਪਾਂ মুਵ ਕਰਦੇ ਹਾਂ ਪਹਿਲੀ ਲੋਕ ਸਭਾ ਦਾ ਗਠਨ ਕਦੋਂ ਕੀਤਾ ਗਿਆ ਸੀਗਾ ਵੀ ਦਿ ڈیٹ ਇੱਥੇ ਆਨਸਰ ਤੁਸੀਂ ਦੇਣਾ ਹੈ ਪਹਿਲੀ ਲੋਕ ਸਭਾ ਦਾ ਜਿਹੜਾ ਗਠਨ ਹੈ ਇਹ ਹੁੰਦਾ ਹੈ 6 ਮਈ 1952 ਕਦੋਂ ਹੁੰਦਾ ਹੈ 6 ਮਈ 1952 ਨੂੰ ਪਹਿਲੀ ਲੋਕ ਸਭਾ ਦਾ ਗਠਨ ਹੁੰਦਾ ਹੈ ਹੁਣ ਜਿਹੜੀ ਲੋਕ ਸਭਾ ਚੱਲ ਰਹੀ ਹੈ ਆਪਣੇ ਭਾਰਤ ਦੇ ਵਿੱਚ 17ਵੀਂ ਲੋਕ ਸਭਾ ਕਿੰਵੀਂ ਹੈ 17ਵੀਂ ਇਹ ਵੀ ਕੁਐਸਚਨ ਪੇਪਰ ਦੇ ਵਿੱਚ ਬਣ ਸਕਦਾ ਹੈ ਸੋ ਧਿਆਨ ਦੇ ਵਿੱਚ ਜਰੂਰ ਰੱਖਣਾ ਹੈ ਨੈਕਸਟ ਜੇਕਰ ਆਪਾਂ ਗੱਲ ਕਰੀਏ ਲੋਕ ਸਭਾ ਜਿਹੜਾ ਸੰਸਦ ਦਾ ਹੇਠਲਾ ਸਦਨ ਅਖਵਾਉਂਦਾ ਹੈ ਸੰਸਦ ਦੇ ਤੁਹਾਨੂੰ ਪਤਾ ਹੈ ਦੋ ਸਦਨ ਹੁੰਦੇ ਹਨ ਪਰ ਜੇਕਰ ਸੰਸਦ ਦੇ ਅੰਗ ਪੁੱਛੇ ਜਾਣ ਤਾਂ ਫਿਰ ਪੇਪਰ ਵਿੱਚ ਆਨਸਰ ਟਿਕਰ ਕਾਉਣਾ ਹੈ ਸੰਸਦ ਦੇ ਟੋਟਲ ਤਿੰਨ ਅੰਗ ਹੁੰਦੇ ਹਨ ਸੰਸਦ ਦਾ ਜਿਹੜਾ ਨਿਰਮਾਣ ਹੈ ਇਹ ਲੋਕ ਸਭਾ ਰਾਜ ਸਭਾ ਅਤੇ ਰਾਸ਼ਟਰਪਤੀ ਤੋਂ ਮਿਲ ਕੇ ਹੁੰਦਾ ਹੈ ਠੀਕ ਹੈ ਪਾਰਲੀਮੈਂਟ ਦਾ ਜਿਹੜਾ ਨਿਰਮਾਣ ਹੈ ਲੋਕ ਸਭਾ ਰਾਜ ਸਭਾ ਅਤੇ ਰਾਸ਼ਟਰਪਤੀ ਤੋਂ ਹੁੰਦਾ ਹੈ ਬਟ ਜੇਕਰ ਸੰਸਦ ਦੇ ਸਦਨਾਂ ਦੇ ਸਾਧਨ ਪੁੱਛੇ ਜਾਣ ਤਾਂ ਦੋ ਸਦਨ ਹੁੰਦੇ ਹਨ ਇੱਕ ਹੁੰਦਾ ਲੋਕ ਸਭਾ ਜਿਸ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ ਇੱਕ ਹੁੰਦਾ ਰਾਜ ਸਭਾ ਜਿਸ ਨੂੰ ਉੱਚਾ ਸਦਨ ਵੀ ਕਿਹਾ ਜਾਂਦਾ ਹੈ ਐਂਡ ਜਿਹੜਾ ਰਾਜ ਸਭਾ ਹੈ ਉਹ ਵੀ ਇੱਕ ਉਹ ਜਿਹੜਾ ਸਦਨ ਹੈ ਉਹ ਸਥਾਈ ਸਦਨ ਵੀ ਅਖਾਉਂਦਾ ਹੈ ਲੋਕ ਸਭਾ ਤੁਹਾਨੂੰ ਪਤਾ ਹੈ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਇਸ ਕਰਕੇ ਇਸ ਨੂੰ ਆਸਥਾਈ ਸਦਨ ਵੀ ਕਿਹਾ ਜਾਂਦਾ ਹੈ ਇਸ ਸਦਨ ਨੂੰ ਲੋਕਪ੍ਰੀਏ ਸਦਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੈਕਸਟ ਆਪਣਾ ਕੁਐਸਚਨ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਸੀਟਾਂ ਦੀ ਗਿਣਤੀ ਕਿੰਨੀ ਹੈ ਆਹ ਕੁਐਸਚਨ ਤਾਂ ਇਸ ਵੀਡੀਓ ਦਾ ਸਭ ਤੋਂ ਸਿੰਪਲ ਤੁਸੀਂ ਕੁਐਸਚਨ ਕਹਿ ਸਕਦੇ ਹੋ ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਸੀਟਾਂ ਦੀ ਕੁੱਲ ਗਿਣਤੀ ਹੈਗੀ ਹੈ 117 ਲੋਕ ਸਭਾ ਸੀਟਾਂ ਦੀ ਗਿਣਤੀ ਜੇਕਰ ਪੁੱਛੀ ਜਾਵੇ ਤਾਂ 13 ਆਨਸਰ ਟਿੱਕਾ ਕਰਨਾ ਹੈ ਰਾਜ ਸਭਾ ਸੀਟਾਂ ਦੀ ਜੇਕਰ ਗਿਣਤੀ ਪੁੱਛੀ ਜਾਵੇ ਤਾਂ ਆਹਨਰ ਟਿੱਕਾ ਕਰਕੇ ਆਉਣਾ ਹੈ 7 ਇੱਕ ਕੁਐਸਚਨ ਪੇਪਰ ਦੇ ਵਿੱਚ ਬੰਦਾ ਹੈ ਕਿ ਪੰਜਾਬ ਦੇ ਵਿੱਚ ਠੀਕ ਹੈ ਜਿਹੜੇ ਸਦਨ ਦੇ ਕੋਲ ਕਿੰਨੇ ਮੈਂਬਰ ਹਨ ਠੀਕ ਹੈ ਪੰਜਾਬ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਕੁੱਲ ਸਦਨ ਮੈਂਬਰ ਕਿੰਨੇ ਹਨ ਤਾਂ ਫਿਰ ਪੇਪਰ ਵਿੱਚ ਆਨਸਰ ਟਿਕਰ ਕੇ ਆਉਣਾ ਹੈ ਬੀ ਜੇ ਐਤਾ ਕੋਸ਼ਿਸ਼ ਮਨ ਸਕਦਾ ਹੈ ਕਿ ਪੰਜਾਬ ਦੇ ਵਿੱਚ ਸੰਸਦ ਦੇ ਕੋਲ ਕਿੰਨੇ ਮੈਂਬਰ ਹਨ ਤਾਂ ਫਿਰ ਵੀ ਤੁਸੀਂ ਪੇਪਰ ਵਿੱਚ ਆਨਸਰ ਟਿਕਰ ਕੇ ਆਉਣਾ ਹੈ ਵੀ ਕਿਉਂਕਿ 13 ਲੋਕ ਸਭਾ ਦੇ ਹੋਗੇ ਤੇ 7 ਰਾਜ ਸਭਾ ਦੇ ਨੈਕਸਟ ਭਾਰਤੀ ਸੰਵਿਧਾਨ ਦਾ ਰੱਖਿਆਕ ਕਿਸ ਨੂੰ ਕਿਹਾ ਜਾਂਦਾ ਹੈ ਸੰਸਦ ਸੁਪਰੀਮ ਕੋਰਟ ਮੂਡ ਅਧਿਕਾਰ ਜਾਂ ਕੇਵਲ ਰਾਸ਼ਟਰਪਤੀ ਭਾਰਤੀ ਸੰਵਿਧਾਨ ਦਾ ਜਿਹੜਾ ਰਖਿਆਕ ਹੈ ਇਹ ਕਹਾਂ ਜਾਂਦਾ ਹੈ অপਸ਼ਨ ਬੀ یعنی ਕਿ ਸੁਪਰੀਮ ਕੋਰਟ ਨੂੰ ਕਿਸ ਨੂੰ ਸੁਪਰੀਮ ਕੋਰਟ ਨੂੰ ਭਾਰਤੀ ਸੰਵਿਧਾਨ ਦਾ ਰਖਿਆਕ ਕਿਹਾ ਜਾਂਦਾ ਹੈ ਸੁਪਰੀਮ ਕੋਰਟ ਦਾ ਗਠਨ ਪਹਿਲੀ ਵਾਰ ਰੈਗੂਲੇਟਿੰਗ ਐਕਟ 1773 ਦੇ ਤਹਿਤ ਕੀਤਾ ਗਿਆ ਸੀਗਾ ਠੀਕ ਹੈ ਇਸ ਗੱਲ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ 8 ਲਿਖਿਆਂ ਦੇ ਵਿੱਚੋਂ ਕਿੱਥੇ ਵਿਧਾਨ ਪ੍ਰੀਸ਼ਦ ਨਹੀਂ ਹੈ ਬਿਹਾਰ ਕਰਨਾਟਕਾ 오ਡੀਸਾ ਜਾਂ ਰਾਜਸਥਾਨ ਤਾਂ ਤੁਹਾਨੂੰ ਪਤਾ ਹੋਵੇਗਾ ਉੜੀਸਾ ਦੇ ਵਿੱਚ ਜਿਹੜੀ ਆ ਵਿਧਾਨ ਪ੍ਰੀਸ਼ਦ ਨਹੀਂ ਆ ਬਾਕੀ ਜੇਕਰ ਆਪਾਂ ਬਿਹਾਰ ਕਰਨਾਟਕਾ ਰਾਜਸਥਾਨ ਦੀ ਗੱਲ ਕਰੀਏ ਤਾਂ ਇੱਥੇ ਵਿਧਾਨ ਪ੍ਰੀਸ਼ਦ ਹੈ ਨੈਕਸਟ ਜੇਕਰ ਆਪਾਂ ਗੱਲ ਕਰੀਏ ਵਿਧਾਨ ਮੰਡਲ ਦਾ ਜਿਹੜਾ ਗਠਨ ਹੈ ਕੀ ਦੇ ਦੁਆਰਾ ਹੁੰਦਾ ਹੈ ਵਿਧਾਨ ਮੰਡਲ ਦਾ ਗਠਨ ਤਾਂ ਵਿਧਾਨ ਮੰਡਲ ਦਾ ਜਿਹੜਾ ਗਠਨ ਹੈ ਇਹ ਹੁੰਦਾ ਹੈ অপਸ਼ਨ ਬੀ ਯਾਨੀ ਕਿ ਰਾਜਪੜ ਵੀ ਹੋਵੇਗਾ ਇਹਦੇ ਵਿੱਚ ਵਿਧਾਨ ਸਭਾ ਵੀ ਹੋਵੇਗੀ ਤੇ ਵਿਧਾਨ ਪ੍ਰੀਸ਼ਦ ਵੀ ਹੋਵੇਗੀ ਹਾਂਜੀ ਪੇਪਰ ਦੇ ਵਿੱਚ ਇਹ ਕੁਸ਼ਣ ਜ਼ਰੂਰ ਬਣ ਸਕਦਾ ਹੈ ਕਿ ਵਿਧਾਨ ਮੰਡਲ ਦਾ ਜਿਹੜਾ ਗਠਨ ਹੈ ਕੀ ਦੇ ਦੁਆਰਾ ਹੁੰਦਾ ਹੈ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕਾ ਰਖਾਉਣਾ ਹੈ ਰਾਜਪੜ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਨੈਕਸਟ ਇਹਨਾਂ ਲਿਖਾਂ ਦੇ ਵਿੱਚੋਂ ਕਿਹੜਾ ਵਿਸ਼ਾ ਰਾਜ ਸੂਚੀ ਦੇ ਵਿੱਚ ਨਹੀਂ ਆਉਂਦਾ ਜੇਲ ਸਿੰਚਾਈ ਨਾ ਅਤੇ ਬੀਮਾ ਤਾਂ ਬੀਮਾ ਤੁਹਾਨੂੰ ਪਤਾ ਹੈ ਇਹ ਸੰਘ ਸੂਚੀ ਦੇ ਵਿੱਚ ਆਉਂਦਾ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਤੁਹਾਨੂੰ ਪਤਾ ਹੋਵੇਗਾ ਤਿੰਨ ਸੂਚੀਆਂ ਹੁੰਦੀਆਂ ਹਨ ਠੀਕ ਹੈ ਇੱਕ ਸੰਘ ਸੂਚੀ ਇੱਕ ਰਾਜ ਸੂਚੀ ਇੱਕ ਸੰਵਰਤੀ ਸੂਚੀ ਸੰਘ ਸੂਚੀ ਤੇ ਜਿਹੜਾ ਕਾਨੂੰਨ ਹੈ ਉਹ ਕੇਂਦਰ ਸਰਕਾਰ ਬਣਾਉਂਦੀ ਹੈ ਸੰਵਰਤੀ ਸੂਚੀ ਤੇ ਰਾਜ ਸਰਕਾਰ ਤੇ ਆ ਕੇਂਦਰ ਸਰਕਾਰ ਦੋਨੋਂ ਕਾਨੂੰਨ ਬਣਾ ਸਕਦੀ ਹੈ ਐਡ ਜਿਹੜੀ ਆ ਰਾਜ ਸੂਚੀ ਹੈਗੀ ਇਹਦੇ ਤੇ ਕੇਵਲ ਰਾਜ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ ਤਾਂ ਡੀ ਇੱਥੇ கரੈਕਟ ਆਨਸਰ ਬਣੇਗਾ ਸੰਘ ਸੂਚੀ ਦਾ ਪਾ ਕੁਝ ਮਹੱਤਵਪੂਰਨ ਵਿਸ਼ੇ ਦੇਖ ਲੈਂਦੇ ਹਾਂ ਬੀਮਾ ਹੋ ਗਿਆ ਬੈਂਕਿੰਗ ਰੱਖਿਆ ਯੁੱਧ ਵਿਦੇਸ਼ੀ ਮਾਮਲੇ ਜਾਣਗਣਾ ਡਾਕ ਤਾਰ ਟੈਲੀਫੋਨ ਰੇਲ ਅਤੇ ਰਾਸ਼ਟਰੀ ਰਾਜਮਾਰਗ ਇਸ ਤੋਂ ਬਾਅਦ ਅਸਾਂ ਸੰਵਰਤੀ ਸੂਚੀ ਦੇ ਕੁਝ ਵਿਸ਼ੇ ਦੇਖਦੇ ਹਾਂ ਸਿੱਖਿਆ ਹੋ ਗਿਆ ਸਮਾਚਾਰ ਪੱਤਰ ਕਾਰਖਾਨੇ ਆਰਥਿਕ ਅਤੇ ਸਮਾਜਿਕ ਯੋਜਨਾ ਠੀਕ ਹੈ ਇਹ ਕੁਝ ਹਾਨ ਸੰਵਰਤੀ ਸੂਚੀ ਦੇ ਵਿਸ਼ੇ ਖੇਤੀਬਾੜੀ ਜਿਹੜਾ ਐਗਰੀਕਲਚਰ ਉਹ ਰਾਜ ਸੂਚੀ ਦੇ ਵਿੱਚ ਹੀ ਆਉਂਦਾ ਹੈ ਪੰਚਾਇਤੀ ਰਾਜ ਸਿਸਟਮ ਇਹ ਕੁਸ਼ਨ ਬਹੁਤ ਔਰ ਐਗਜ਼ਾਮ ਚ ਰਿਪੀਟ ਹੁੰਦਾ ਹੈ ਕਿ ਪੰਚਾਇਤੀ ਰਾਜ ਸਿਸਟਮ ਕਿਹੜੀ ਸੂਚੀ ਦਾ ਵਿਸ਼ਾ ਹੈ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿਕਰ ਕੇ ਆਉਣਾ ਹੈ ਰਾਜ ਸੂਚੀ ਦਾ ਹੀ ਵਿਸ਼ਾ ਹੈ ਪੰਚਾਇਤੀ ਰਾਜ ਸਿਸਟਮ ਤਾਂ ਇੱਥੇ ਡੀ ਬਿਲਕੁਲ ਸਹੀ ਆਨਸਰ ਬਣ ਚੋਵੇਗਾ ਆਪਸ਼ਨ ਨੰਬਰ ਡੀ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫ ਲੱਗੀ ਹੋਵੇਗੀ ਸੋ ਪਲੀਜ਼ ਇੱਕ ਵਾਰ ਇਸ ਵੀਡੀਓ ਨੂੰ ਤੁਸੀਂ ਬਾਤ ਬਾਤ ਸ਼ੇਅਰ ਜ਼ਰੂਰ ਕਰਕੇ ਜਾਣਾ ਐਂਡ ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਜੇਕਰ ਤੁਸੀਂ ਆਪਣੇ ਕੋਲੋਂ ਮੌਕ ਟੈਸਟ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਨੀ ਹੈ 95173 944 544 ਜਾਂ ਤਾਂ ਤੁਸੀਂ ਕਾਲ ਕਰਨੀ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਮੋਕ ਟੈਸਟ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਵੈਸੇ ਤਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਬਟ ਫਿਰ ਵੀ ਤੁਹਾਡਾ ਕੋਈ ਹੋਰ ਡਾਊਟ ਲੱਗਦਾ ਹੈ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ WhatsApp ਥਰੂ ਮੈਸੇਜ ਵੀ ਕਰ ਸਕਦੇ ਹੋ ਤਾਂ ਮੋਕ ਟੈਸਟ ਤੁਸੀਂ ਜਰੂਰ ਬਾਏ ਕਰਨਿਆ ਤਾਂ ਹੀ ਤੁਸੀਂ ਐਗਜ਼ਾਮ ਨੂੰ ਕਰਾ ਕੇ ਕਰ ਸਕਦੇ ਹੋ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚੋਂ Thank you.